ਪਾਣੀ ਬਚਾਓ ਪੰਜਾਬ ਬਚਾਓ ਕਮੇਟੀ ਦੇ ਆਗੂ ਅਤੇ ਗੈਂਗਸਟਰ ਰਹਿ ਚੁੱਕੇ ਲੱਖਾ ਸਿਧਾਨਾ ਅਤੇ ਉਸਦੇ ਸਾਥੀਆਂ ਨੂੰ ਅੱਜ ਮੋਗਾ ਪੁਲਿਸ ਨੇ ਉਸ ਵੇਲੇ ਹਿਰਾਸਤ 'ਚ ਲੈ ਲਿਆ ਜਦ ਉਹ ਸ਼ਾਹਕੋਟ ਵਿਖੇ ਹੋ ਰਹੀ ਜ਼ਿਮਨੀ ਚੋਣ 'ਚ ਪੰਜਾਬ ਦੇ ਹੁਕਮਰਾਨਾਂ ਨੂੰ ਇਸ ਮਸਲੇ 'ਤੇ ਘੇਰਨ ਲਈ ਜਾ ਰਹੇ ਸਨ। ਤੁਹਾਨੂੰ ਦੱਸਣਾ ਬਣਦਾ ਹੈ ਕਿ ਲੱਖਾ ਸਿਧਾਨਾ ਅਤੇ ਸਾਥੀਆਂ ਦਾ ਵੀਰਵਾਰ ਦਾ ਇਹ ਪ੍ਰੋਗਰਾਮ ਲਿਖਿਆ ਗਿਆ ਸੀ ਕਿ ਉਹ ਸ਼ਾਹਕੋਟ ਜ਼ਿਮਨੀ ਚੋਣ 'ਚ ਪ੍ਰਚਾਰ ਕਰਨ ਲਈ ਪੁੱਜਣ ਵਾਲੇ ਕਾਂਗਰਸ ਪਾਰਟੀ ਦੇ ਮੰਤਰੀ ਅਤੇ ਵਿਧਾਇਕਾਂ ਨੂੰ ਇਹ ਸਵਾਲ ਕਰਨਗੇ ਕਿ ਉਹ ਪੰਜਾਬ ਬਚਾਉਣ ਲਈ ਜਾਂ ਤਾਂ ਪ੍ਰਦੂਸ਼ਿਤ ਹੋ ਰਹੇ ਪਾਣੀ ਨੂੰ ਰੋਕਣ, ਨਹੀਂ ਤਾਂ ਵੋਟਾਂ ਮੰਗਣ ਦਾ ਕੋਈ ਉਹਨਾਂ ਨੂੰ ਹੱਕ ਨਹੀਂ ਹੈ। ਪੰਜਾਬ 'ਚ ਇਸ ਵੇਲੇ ਦੇ ਬਹੁਤ ਚਰਚਿਤ ਮਸਲੇ ਦਰਿਆਈ ਪਾਣੀਆਂ 'ਚ ਫੈਕਟਰੀ ਦੇ ਸੁੱਟੇ ਜਾ ਰਹੇ ਗੰਦੇ ਪਾਣੀ ਕਰਕੇ ਫੈਲ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਲੱਖਾ ਸਿਧਾਨਾ ਮੈਦਾਨ ਵਿੱਚ ਨਿਤਰੇ ਸਨ। ਜਾਣਕਾਰੀ ਮੁਤਾਬਕ ਇਸ ਮਾਮਲੇ ਦੀ ਭਿਣਕ ਖੁਫੀਆ ਤੰਤਰ ਵੱਲੋਂ ਪਹਿਲਾਂ ਹੀ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਸੀ, ਜਿਸ ਦੇ ਆਧਾਰ 'ਤੇ ਹੀ SP ਮੋਗਾ ਅਤੇ ਪੁਲਿਸ ਪ੍ਰਸ਼ਾਸਨ ਨੇ ਪਹਿਲਾਂ ਹੀ ਵੱਡੇ ਪੱਧਰ 'ਤੇ ਨਾਕਾਬੰਦੀ ਕੀਤੀ ਹੋਈ ਸੀ। ਹਿਰਾਸਤ 'ਚ ਲਏ ਜਾਣ ਤੋਂ ਬਾਅਦ ਲੱਖਾ ਸਿਧਾਨਾ ਦੇ ਸਾਥੀਆਂ ਨੇ ਨਾਅਰੇਬਾਜ਼ੀ ਕਰਦੇ ਹੋਏ ਦੋਸ਼ ਲਗਾਇਆ ਹੈ ਕਿ ਇਸ ਸਮੇਂ ਜਿੱਥੇ ਪੰਜਾਬ ਦੇ ਪਾਣੀਆਂ 'ਚ ਜ਼ਹਿਰ ਫੈਲਣ ਕਰਕੇ ਬਿਮਾਰੀਆਂ ਫੈਲ ਰਹੀਆਂ ਹਨ, ਉੱਥੇ ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ ਵਿੱਚ ਗੰਭੀਰਤਾ ਦਿਖਾਉਣ ਦੀ ਬਜਾਏ ਹਿਮਾਚਲ ਦੀਆਂ ਠੰਡੀਆਂ ਵਾਦੀਆਂ 'ਚ ਛੁੱਟੀਆਂ ਮਨਾ ਰਹੇ ਹਨ। ਅਸੀਂ ਪਾਣੀਆਂ ਦੇ ਮਸਲਿਆਂ ਤੇ ਕਾਂਗਰਸੀਆਂ ਨੂੰ ਸਵਾਲ ਪੁੱਛਣ ਚੱਲੇ ਸੀ ਸ਼ਾਹਕੋਟ ਜ਼ਿਮਨੀ ਚੋਣ ਦੇ ਵਿੱਚ, ਸਾਨੂੰ ਮੋਗੇ ਰੋਕ ਕੇ ਫੜ ਲਿਆ ਗਿਆ ਕਿ ਸਾਡਾ ਇੰਨਾ ਵੀ ਹੱਕ ਨਹੀਂ ਰਿਹਾ ਲੋਕਾਂ ਦਾ ਵੀ ਆਪਦੇ ਹੱਕ, ਜਿਹੜੇ ਹੱਕੀ ਗੱਲਾਂ ਕਰਨ ਵਾਲਾ ਵੀ ਸਾਨੂੰ ਹੱਕ ਨਹੀਂ ਹੈਗਾ। ਤੁਸੀਂ ਦੇਖ ਲਓ ਵੀ ਕਿੰਨੀਆਂ ਮੱਛੀਆਂ ਮਾਰੀਆਂ ਗਈਆਂ ਕੈਮੀਕਲ ਪੰਜਾਬ ਦੇ, 40 ਸਾਲ ਹੋ ਗਏ ਪੰਜਾਬ ਦੇ ਪਾਣੀਆਂ 'ਚ ਕੈਮੀਕਲ ਪੈਂਦੇ ਨੂੰ। ਅਸੀਂ ਲੋਕਾਂ ਨੂੰ ਅਪੀਲ ਕਰਨੀ ਚਾਹੁੰਦੇ ਹਾਂ ਵੀ ਘੱਟੋ ਘੱਟ ਸਾਰੇ ਲੋਕ ਇਸ ਗੱਲ ਨੂੰ ਉੱਠ ਕੇ ਮੈਂ ਕਿਹਾ ਸ਼ਾਹਕੋਟ ਦੇ ਲੋਕਾਂ ਨੂੰ ਘੇਰ ਕੇ ਸਵਾਲ ਪੁੱਛਣਾ ਚਾਹੀਦਾ। ਅਸੀਂ ਫੜੇ ਗਏ ਹਾਂ ਪਰ ਸ਼ਾਹਕੋਟ ਕਰਦਾ ਮਨਾਲੀ, ਲੋਕ ਮਰਦੇ ਪਾਣੀ ਨਾਲ, ਉਹ ਪਾਣੀ ਰਾਜਸਥਾਨ ਤੱਕ ਜਾ ਪਹੁੰਚਿਆ, ਇਹ ਸਵਾਲ ਨੇ ਸਾਡੇ। ਜਿਹਨਾਂ ਲਈ ਜ਼ਿੰਮੇਵਾਰ ਕੌਣ ਤੁਸੀਂ ਮੰਨਦੇ? ਸਰਕਾਰ ਹੈ, ਸ਼ਰਨੇ ਦੀ ਕੁੜੀ ਹੈ, ਚੱਡੇ ਦੀ ਨੂੰਹ ਹੈ, ਇਹਦੇ ਕਰਕੇ ਬਚ ਰਹੀ ਹੈ। ਓਪੀ ਸੋਨੀ ਦਾ ਬਿਆਨ ਹੈ, ਓਪੀ ਸੋਨੀ ਦੀ ਸਟੇਟਮੈਂਟ ਹੈ, ਸਾਨੂੰ ਇੰਡਸਟਰੀ ਚਾਹੀਦੀ ਹੈ, ਕਾਰਖਾਨੇ ਚਾਹੀਦੇ ਹੈ, ਪੰਜਾਬ ਦੇ ਲੋਕ ਮਾਰਨੇ ਆ, ਕਾਰਖਾਨੇ ਪਿਆਰੇ ਹੋ ਗਏ। ਇਹਨਾਂ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਸਰਕਾਰ ਸਾਰੇ ਲੜੇ ਪਏ ਆ, ਵੱਡੀਆਂ ਵੱਡੀਆਂ ਧਨਾੜ ਬੰਦੇ ਨੇ ਜਿਹੜੇ ਕਾਰਪੋਰੇਟ ਧਨਾਣੇ ਨੇ ਉਹਨਾਂ ਦੀਆਂ ਫੈਕਟਰੀਆਂ ਜਿਹੜਾ ਕਿਹੜੀ ਗੱਲ ਗ੍ਰਿਫਤਾਰ ਕਿਉਂ ਕਰ ਰਹੇ ਨੇ? ਗ੍ਰਿਫਤਾਰ ਕਿਉਂ ਕੀਤਾ, ਕੀ ਕਿਹਾ ਗਿਆ? ਸਾਨੂੰ ਜਿਹੜਾ ਗ੍ਰਿਫਤਾਰ ਦਾ ਕਾਰਨ ਇਹੀ ਹੈ ਕਿ ਅਸੀਂ ਸਿਰਫ ਸ਼ਾਹਕੋਟ ਇਹੀ ਦੱਸਣ ਚੱਲੇ ਹਾਂ ਕਿ ਪਾਣੀ ਮਾੜਾ, ਲੋਕਾਂ ਨੂੰ ਕਿਉਂ ਪਿਆਰੇ, ਜੇ ਲੋਕ ਪੀ ਸਕਦੇ ਤੇ ਤੁਸੀਂ ਲੀਡਰ ਜਿਹੜੇ ਸਾਡੇ ਦੇ ਰਾਜ ਕਰਦੇ ਹੋ ਕਿਉਂ ਨੀ? ਅਸੀਂ ਉਹਨੂੰ ਉੱਥੇ ਵਾਸਤੇ ਹੀ ਚੱਲੇ ਹਾਂ ਵੀ ਇਹ ਪਾਣੀ ਲੋਕ ਵੀ ਜਿਹੜਾ ਪੀਂਦੇ ਨੇ, ਲੀਡਰ ਪੀਣ, ਅਸੀਂ ਉਹਨਾਂ ਨੂੰ ਵੋਟਾਂ ਪਾਵਾਂਗੇ ਪਵਾਵਾਂਗੇ ਵੀ, ਪਰ ਉਹ ਲੋਕ ਜਿਹੜੇ ਨੇ ਸਾਨੂੰ ਧੱਕੇ ਨਾਲ ਅਰੈਸਟ ਕਰ ਰਹੇ ਨੇ। ਤੁਸੀਂ ਸਾਰੇ ਇਸ ਵੇਲੇ ਤੁਸੀਂ ਜ਼ਿੰਮੇਵਾਰ, ਜਿੰਨੀਆਂ ਮੱਛੀਆਂ ਮਰੀਆਂ ਨੇ, ਜਿੰਨੇ ਜਾਨਵਰ ਮਰੇ, ਜਾਂ ਤੁਸੀਂ ਵੀ ਨਾਲ ਕੋਲ ਸਾਰੇ ਜ਼ਿੰਮੇਵਾਰ। ਮੋਗਾ ਤੋਂ ਬਿੱਟੂ ਪੂਰਵਾ ਦੀ ਰਿਪੋਰਟ, ਪੰਜਾਬ ਟੂਡੇ।